ਤੁਹਾਡੀ ਜ਼ਿੰਦਗੀ ਹੋਵੇ। ਬਿਸਮਿਲ੍ਲਾਹਿਰਰਹਿਮ। ਸਲਵਾਤ ਉੱਚੀ ਆਵਾਜ਼ ਨਾਲ ਪੜੋ। ਅਲਹਮਦੁਲਿਲਾਹ ਸਲਵਾਤ ਉੱਚੀ ਆਵਾਜ਼। ਸਲਵਾਤ ਉੱਚੀ ਆਵਾਜ਼। ਜਿਤਨੇ ਅਜ਼ੀਜ਼ ਜਵਾਨ ਬਜ਼ੁਰਗ ਤਸ਼ਰੀਫ ਫਰਮਾਓ, ਮੇਰੀਆਂ ਮਾਵਾਂ ਭੈਣੀ ਤੇ ਧੀਆਂ, ਸੈਯਦਾਂ ਔਲਾਦ ਰਸੂਲਾਂ, ਤੁਹਾਡਾ ਮਹਿਮਾਨ ਆ ਮੁਕਾਣੀ ਬਣ ਕੇ ਆਇਆ। ਕਿਬਲਾਜ ਪੰਜੀ ਮੁਹਰਮ ਦਾ ਡੀਏ, ਅੱਜ ਉਹ ਬਾਬੇ ਦੀ ਫੂੜੀ ਤੋਂ ਉੱਠ ਗਿਆ ਹੈ ਜਿਹੜਾ ਬਾਜ਼ਾਰਾਂ 'ਚ ਰਾਤ ਰੋਂਦਾ ਰਿਹਾ। ਤੇਰੀ ਜ਼ਿੰਦਗੀ ਹੋਵੇ, ਸ਼ਾਬਾਸ਼, ਤੁਹਾਡੀ ਜ਼ਿੰਦਗੀ ਹੋਵੇ। ਦੋ ਚਾਰ ਮਿੰਟ ਨਮੂ ਸਾਹਿਬ ਹੀ ਪੜ੍ਹਨਾ। ਹਮੇਸ਼ਾ ਉਹ ਰੋਂਦੇ ਨੇ ਜਿਨ੍ਹਾਂ ਦੇ ਨੁਕਸਾਨ ਹੋਣ, ਦੁਆ ਮੰਗਿਆ ਕਰੋ ਸ਼ਾਲਾ ਕੋਈ ਸ਼ਰੀਫ ਕੈਦ ਨਾ ਹੋਵੇ। ਬਿਸਮਿਲ੍ਲਾ। ਜੇ ਕੈਦ ਹੋ ਜਾਵੇ ਤੇ ਸ਼ਾਲਾ ਉਹਦੇ ਨਾਲ ਭੈਣੀ ਤੇ ਧੀਆਂ ਨਾ ਹੋਵਣ। ਸ਼ਾਬਾਸ਼, ਸ਼ਾਬਾਸ਼। ਸ਼ਹੀਦਾਂ ਦੀ ਗੁਰਬਤ ਦਾ ਵੈਣ ਸੁਣਾਵਾ, ਕਰਬਲਾ ਦੀ ਡੀਗਰ ਖਾ ਗਈ ਏ, ਜਿੱਥੇ ਜਾ ਮਿਲੇ ਬਹਿ ਜਾਓ। ਅਫਸੋਸ ਏ ਵੇ ਇਹ ਕੌਮ, ਅੱਲਾ ਜਾਣੇ ਕਦੋਂ ਮੁਨਜ਼ਮ ਹੋਵੇਗੀ। ਸ਼ਹੀਦਾਂ ਦੀ ਗੁਰਬਤ ਦਾ ਵੈਣ ਸੁਣਾਵਾ, ਆਦਾ ਪਿਆ ਡੁੱਬ ਗਿਆ ਖੂਨੀ, ਜਿਨ੍ਹਾਂ ਨੂੰ ਦਰਦ ਦੇ ਬਤੂਲ ਦੇ ਵਿਹੜੇ ਦੇ ਉਜੜਨ ਦਾ ਆਦਾ ਪਿਆ ਡੁੱਬ ਗਿਆ ਖੂਨੀ, ਖੂਨੀ ਭਾਇਆ ਉਫਕ ਦੇ ਵਿੱਚ। ਬਿਸਮਿਲ੍ਲਾ। ਤੇ ਖੁਰਸ਼ੀਦ ਬਤੂਲ ਦੇ ਰਾਜਾ ਤਾਰੀਕੀ ਚਰਖ ਸ਼ਹਾਦਤ ਦੀ ਦਿਲ ਰੰਜ ਕਰ ਗਈ ਜ਼ਹਰਾ, ਉਹ ਕਾਇਨਾਤ ਦੇ ਪੱਥਰ
ਨੇ ਸ਼ਾਬਾਸ਼ ਆਦਾ ਪਿਆ ਕਾਇਨਾਤ ਦੇ ਪੱਧਰ ਬਾਇਆ ਖੂਨ ਰੁਨੇ ਤੇ ਰੰਗ ਬਦਲ ਗਿਆ ਸਾਰਾ ਦਾ ਆਖਰੀ ਗੱਲ ਸੁਣਿਆ ਜ਼ੀਨ ਤੂੰ ਲਹਾਂਦਿਆ ਨੌ ਵਾਰੀ ਚਾਇਆ ਨਾਮ ਅੱਬਾਸ ਫਿਰਾ ਤੁਹਾਡੀ ਜ਼ਿੰਦਗੀ ਹੋਵੇ ਮੈਂ ਨੌਕਰਾਂ ਹੱਥ ਰੱਬ ਨੂੰ ਇਹੋ ਹੱਕ ਏ ਗਰੀਬਾਂ ਨੂੰ ਰੋਣ ਦਾ ਖਤਮ ਹੋ ਗਈ ਮੇਰੀ ਮਹਿਲਾ ਸਿਰਫ ਦੋ ਮਿੰਟ ਵਜੋ ਬਿਸਮਿਲਾ ਦਾਮੀ ਦਾ ਡੀ ਲੈ ਗਿਆ ਰਾਤ ਆ ਗਈ ਕਿਬਲਾ ਬਹੁ ਮੁਸ਼ਕਲ ਤੇ ਔਖੀ ਰਾਤ ਸ਼ਾਮੇ ਗਰੀਬਾਂ ਦੀ ਰਾਤ ਮੁਸਲਮਾਨ ਖੁਸ਼ੀਆਂ ਕਰ ਰਹੇ ਹਨ ਢੋਲ ਵਜਾ ਰਹੇ ਹਨ ਇੱਕ ਪਾਸੇ ਚੌਠ ਮਸਤੂਰ ਯਤਾ 26 ਯਤੀਮ ਟਿੱਬਿਆਂ ਨਾਲ ਲੱਗ ਕੇ ਰੋਂਦੇ ਬੈਠੇ ਮੈਂ ਸਦਕੇ ਜਾਵਾਂ ਅਜਾ ਨਾ ਰੋਵੀਏ ਅਜਾ ਨਾ ਮਾਤਮ ਕਰੀਏ ਕਿਬਲਾ ਕਿਬਲਾ ਵਾਲ ਸਾਹਿਬ ਵਾਲ ਅੱਲਾ ਮਕਾਮਾ ਹੋ ਅਲਾਮਾ ਨਜ਼ਰ ਹੁਸੈਨ ਸ਼ਾਹ ਸਾਹਿਬ ਡਿੰਗੇ ਚੱਕ ਵਾਲੇ ਫਰਮੈਂਦੇ ਰਹਿੰਦੇ ਹੈ ਹਮੇਸ਼ਾ ਮਰਦਾਂ ਦੇ ਵੈਰ ਮਰਦਾਂ ਨਾਲ ਹੁੰਦੇ ਕਰਬਲਾ ਦੇ ਟਿੱਬਿਆਂ ਤੇ ਰਹਿ ਗਈਆਂ ਬਤੂਲ ਦੀਆਂ ਨੂੰਹਾਂ ਤੇ ਧੀਆਂ ਵੇਖੇ ਮੇਰੇ ਪਾਸੇ ਮੁਸਲਮਾਨਾਂ ਦਾ ਹੱਕ ਬਣਦਾ ਬਾਇਜ਼ਤ ਤਰੀਕੇ ਨਾਲ ਖਾਤੂਨ ਦੀਆਂ ਧੀਆਂ ਨੂੰ ਨਾਨੇ ਦੇ ਸ਼ਹਿਰ ਵਤਨ ਮਦੀਨੇ ਪਹੁੰਚਾ ਦੇਵਣਾ ਨਹੀਂ ਕਿਬਲਾ ਮੁਸਲਮਾਨਾਂ ਪਰਚਾਵਣੀ ਕਿਵੇਂ ਦਿੱਤੀ ਏ ਮੁਸਲਮਾਨਾਂ ਕਿਵੇਂ ਪਰਚਾਇਆ ਬਤੂਲ ਦੀਆਂ ਧੀਆਂ ਨੂੰ ਫਿਰਾ ਜੋ ਮਾਰੇਗਾ ਸਭ ਤੋਂ ਅੱਗੇ ਸ਼ਿਮਰ ਬੇਗੈਰਤ ਏ ਪਿੱਛੇ 5 ਖੋਰ ਸਵਾਰ ਹਨ ਸ਼ਹੀਦਾਂ ਦੇ ਖੈਮਿਆਂ ਦੇ ਕਰੀਬ ਆ ਕੇ ਧਰਕ ਮਾਰ ਕੇ ਲੱਥਾ ਏ ਤਮਾਮ ਨੂੰ ਇਸ਼ਾਰਾ ਕਰਕੇ ਆਦਾ ਇਹਨਾਂ ਨੂੰ ਲੁੱਟ ਲਓ ਇਹਨਾਂ ਦਾ ਰਹਿ ਕੋਈ ਨਹੀਂ ਗਿਆ ਸ਼ਾਬਾਸ਼ ਸ਼ਾਬਾਸ਼ ਦੋ ਵੈਣ ਮੈਂ ਕਰਨੇ ਇਹਨਾਂ ਦਾ ਰਹਿ ਕੋਈ ਨਹੀਂ ਗਿਆ ਕਿਬਲਾ ਵਾਰੋ ਵਾਰੀ ਲੁੱਟਦੇ ਆਏ ਇਹ ਬੇਹਈਆ ਦੁਨੀਆ ਦਾ ਕੁੱਤਾ ਇੱਕ ਮਸਤੂਰ ਦੇ ਕੋਲ ਆਇਆ ਡਿੱਠਾ ਕਿਆਸ ਤਾਰਫ ਚਾ ਕਰਾਵਾਂ ਇਸ ਪਾਕ ਸੈਣ ਦਾ ਇਹ ਆਕਾ ਅਸਗਰ ਦੀ ਮਾਂ ਏ ਮੇਰੀ ਸੈਣ ਰੁਬਾਬੇ ਇਹ ਕੁੱਤੇ ਦਾ ਬੱਚਾ ਜਾਣਦਾ ਹਾ ਇਹ ਉਹ ਬੀਬੀ ਏ ਜਿਸ ਦੇ ਪੇਕੇ ਵੀ ਵੱਡੇ ਅਮੀਰ ਹਨ ਜਿਸ ਦੇ ਸਹੁਰੇ ਵੀ ਵੱਡੇ ਅਮੀਰ ਹਨ ਇਹ ਸਾਰੀ ਜਾਗੀਰ ਮਿਨ ਮਿਲ ਪਉ ਸੀ ਇਹ ਜਲਦੀ ਨਾਲ ਆਦਾ ਬੀਬੀ ਮੈਂ ਜ਼ੁਲਮ ਕਰਸਾਂ ਇਹ ਗਛੜੀ ਮੈਂ ਕੂਚਾ ਡੇ ਅਸਗਰ ਦੀ ਮਾਂ ਨੇ 3 ਮਰਤਬਾ ਗਛੜੀ ਚੁੰਮੀ ਏ ਚੁੰਮ ਕੇ ਬਾਹਰ ਸੱਟੀਏ ਇਹ ਦੌੜਦਾ ਲਗਾਇਆ ਗਛੜੀ ਖੋਲੀ ਵਿੱਚੋਂ ਕਿਆ ਡਿੱਠਾ ਦੋ ਛੋਟੇ ਛੋਟੇ ਅਸਗਰ ਦੇ ਚੋਲੇ ਨ ਜਿਨ੍ਹਾਂ ਨੂੰ ਅਸਗਰ ਦਾ ਖੂਨ ਲੱਗਾ ਹੋਇਆ ਤੀਰ ਲੱਗੇ ਹੋਏ ਨ ਅੰਦਰੋਂ ਮਾਂ ਦੀ ਆਵਾਜ਼ ਆਈ ਅਸਗਰ ਮੈਂ ਤਾਂ ਕਬਰ 'ਚ ਗਿਣ ਵਜਾ ਤੇਰੀ ਜ਼ਿੰਦਗੀ ਹੋਵੇ ਇਹੋ ਹੱਕ ਹੈ ਗਰੀਬਾਂ ਨੂੰ ਰੋਵਣ ਦਾ ਇਹੋ ਹੱਕ ਬਣਦਾ ਹੈ ਕਿਬਲਾ ਢਲ ਗਈ ਰਾਤ ਹਮੀਦ ਏ ਅੰਗਰੇਜ਼ ਏ ਰਾਈਟਰ ਏ ਕਰਬਲਾ ਦਾ ਇੱਕ ਬੈਣ ਕਰਕੇ ਦੁਆ ਪਿਆ ਦੇਣਾ ਕਰਬਲਾ ਦਾ ਮੁਰਖ ਏ ਮੁਸਲਮਾਨ ਨਹੀਂ ਇਹ ਉੱਚੇ ਟਿੱਬੇ 'ਤੇ ਆਇਆ ਹੈ ਇਹ ਆਦਾ ਰਾਤ ਢਲਦੀ ਗਈ ਏ ਮੈਂ ਅਚਾਨਕ ਡਿੱਠਾ ਕਿਆ ਏ ਲੁੱਟਣ ਤੋਂ ਬਾਅਦ ਮੁਸਲਮਾਨਾਂ ਬਤੂਲ ਦੀਆਂ ਧੀਆਂ ਦੇ ਖੈਮਿਆਂ ਨੂੰ ਭਾ ਲਾਈਏ ਸ਼ਾਬਾਸ਼ ਮੈਂ ਕਿਹੜੇ ਮੂੰਹ ਨਾਲ ਲਾਗਾ ਬੇਗੈਰਤਾਂ ਨੇ ਅੱਗ ਲਾਈਏ ਕਿਬਲਾ ਸ਼ਹੀਦਾਂ ਦੇ ਛੋਟੇ ਛੋਟੇ ਬੱਚੇ ਦੌੜੇ ਜੰਗਲਾਂ ਦੇ ਪਾਸੇ ਸਹਰਾ ਦੇ ਪਾਸੇ ਹਮੀਦ ਆਦਾ ਅਚਾਨਕ ਮੈਂ ਡਿੱਠਾ ਏ ਸ਼ਹੀਦਾਂ ਦਾ ਇੱਕ ਛੋਟਾ ਜਿਹਾ ਬੱਚਾ ਏ ਜਿਸ ਦੇ ਦਾਮਨ ਨੂੰ ਅੱਗ ਲੱਗੀ ਹੋਈ ਏ ਇਹ ਆਦਾ ਮੇਰੇ ਦਿਲ 'ਚ ਰਹਿਮ ਆਇਆ ਹੈ ਕੁਝ ਵਕਤ ਤੋਂ ਬਾਅਦ ਇਹ ਬੱਚਾ ਜਲ ਕੇ ਮਰ ਨਾ ਜਾਏ ਇਹ ਆਦਾ ਮੈਂ ਪਿੱਛੇ ਦੌੜਿਆ ਮੈਂ ਬੱਚੇ ਦੀ ਅੱਗ ਬੁਝਾਵਾਂ ਦਰਦਾ ਲਿਆ ਅਮੀਦ ਆਦਾ ਮੈਂ ਆਵਾਜ਼ ਦਿੱਤੀ ਏ ਲਾਲ ਅੱਲਾ ਦਾ ਨਾ ਹੀ ਰੁਕ ਜਾ ਬੱਚਾ ਨਹੀਂ ਰੁਕਿਆ ਵੱਤ ਅਮੀਦ ਵੇਖ ਕੇ ਆਦਾ ਲਾਲ ਅੱਲਾ ਦਾ ਨਾ ਹੀ ਰੁਕ ਵੰਜ ਮੈਂ ਮੁਸਲਮਾਨ ਕੋਈ ਨਹੀਂ
ਅਜਾ ਨਾ ਰੋਈਏ, ਮੈਂ ਮੁਸਲਮਾਨ ਕੋਈ ਨਹੀਂ, ਕਿਬਲਾ ਹਮੀਦ ਆਦਾ ਬੱਚਾ ਨਹੀਂ ਰੁਕਿਆ, ਮੈਂ ਵੀ ਦੌੜਦਾ ਆਇਆ, ਬੱਚਾ ਵੀ ਦੌੜਦਾ, ਵੇਖ ਮੇਰੇ ਪਾਸੇ ਬੱਚਾ ਵੀ ਦੌੜਦਾ ਆਇਆ ਹੈ, ਹਮੀਦ ਆਦਾ ਮੈਂ ਵੀ ਟਿੱਬੇ ਬਦਲਦਾ ਆਇਆ, ਬੱਚਾ ਵੀ ਟਿੱਬੇ ਬਦਲਦਾ ਆਇਆ, ਹਮੀਦ ਆਦਾ ਅਚਾਨਕ ਡਿੱਠਾ ਕਿਆ ਹੈ, ਬੱਚਾ ਜ਼ਮੀਨ 'ਤੇ ਡਹਿ ਪਿਆ, ਹਮੀਦ ਆਦਾ ਮੈਂ ਮੂੰਹ 'ਤੇ ਆਇਆ ਡਿੱਠਾ ਕਿਆ ਹੈ, ਬੱਚੇ ਦੇ ਛੋਟੇ ਛੋਟੇ ਹੱਥ ਜੁੜ ਗਿਆ, ਮੈਨੂੰ ਰੋ ਕੇ ਆਦਾ ਅੱਲਾ ਦਾ ਨਾ ਹੀ ਮੇਰੇ ਨੇੜੇ ਨਾ ਆਵੇ, ਮੈਂ ਹੁਸੈਨ ਦੀ ਧੀ ਆ, ਅਜਾ ਨਾ ਮਾਤਮ ਕਰੀਏ, ਮੈਂ ਹੁਸੈਨ ਦੀ ਧੀ ਆ, ਮੈਂ ਵੱਡੀ ਪਰਦਾਦਾਰਾ, ਊ ਵੇਲੇ ਹਮੀਦ ਵੇਖ ਕੇ ਆਦਾ ਬੱਚੀ ਵੇਲੇ ਰਾਤ ਦੇ ਕਿਰਪੀ ਵਹਿੰਦੀ, ਬੱਚੀ ਵੇਖ ਕੇ ਆਦੀ ਹੈ ਜੇ ਕਰ ਸਕਦਾ ਹੈ ਤੇ ਮੈਨੂੰ ਨਜਫ ਦਾ ਰਾਹ ਦੱਸ, ਮੈਂ ਸਦਕੇ ਜਾਵਾਂ, ਸ਼ਾਬਾਸ਼ ਤੇਰੀ ਜ਼ਿੰਦਗੀ ਹੋਵੇ, ਮੈਨੂੰ ਨਜਫ ਦਾ ਰਾਹ ਦੱਸ, ਇਹ ਵੇਖ ਕੇ ਆਦਾ ਨਜਫ ਜਾ ਕੇ ਕਿਆ ਕਰੇ ਸੇ, ਬੱਚੀ ਮੇਰੇ ਬਿਸਮਿਲਾ ਤੇਰੀ ਜ਼ਿੰਦਗੀ ਹੋਵੇ, ਬੱਚੀ ਮੈਨੂੰ ਵੇਖ ਕੇ ਆਦੀ ਹੈ ਨਜਫ ਮੇਰਾ ਦਾਦਾ ਅਲੀ ਰਾਂਦਾ ਹੈ, ਦਾਦੇ ਦੀ ਕਬਰ ਤੇ ਜਾ ਕੇ ਆਖਦਾ ਦਾਦਾ ਧੀਆਂ ਦੀਆਂ ਚਾਦਰਾਂ ਲੈ ਗਈਆਂ, ਦਾਦਾ ਤਮਾਚੇ ਜਲਦੀ ਵਧੀਆਂ, ਬਾਤ ਪੜ੍ਹੋ ਮੁਹੰਮਦ ਵਾਲ ਮੁਹੰਮਦ ਲਾਤ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਹੈਦਰੀ, ਬਰ ਮੁਹੰਮਦ ਵਾਲ ਮੁਹੰਮਦ ਸਲਵਾਤ, ਅੱਲਾਹੁਮਾ ਸਲਵਾਤ। ਮੁਮਕਿਨ ਨਹੀਂ ਕਿਸੀ ਸੇ ਅਦਾਵਤ ਹੁਸੈਨ ਕੀ, ਮੁਮਕਿਨ ਨਹੀਂ ਕਿਸੀ ਸੇ ਅਦਾਵਤ ਹੁਸੈਨ ਕੀ, ਸਾਂਸੋਂ ਮੇਂ ਬਟ ਰਹੀ ਹੈ ਸਰਖਾਵਤ ਹੁਸੈਨ ਕੀ, ਬਾਜ਼ਾਰ ਕੇ ਹਜੂਮ ਸੇ ਕਹਿ ਦੋ ਕਿ ਚੁੱਪ ਰਹੇ, ਕੁਰਾਨ ਕਰ ਰਹਾ ਹੈ ਤਿਲਾਵਤ ਹੁਸੈਨ ਕੀ, ਬਾਬਾ ਜੇ ਬੁਲੰਦ ਸਲਵਾਤ, ਅੱਲਾਹੁਮਾ ਸਲਵਾਤ। ਮਾਸ਼ਾਅੱਲਾ ਬਿਸਮਿਲ੍ਲਾਹਿਰ-ਰਹਿਮਾਨ ਰਹੀਮ ਸਲਵਾਤ, ਅੱਲਾਹੁਮਾ ਸੱਲ ਅਲਹਮਦੁਲਿਲਾਹਿ ਰੱਬਿਲ ਆਲਮੀਨ ਵਾਲਾ ਕੇ ਬਾਤ ਲਿਲ ਮੁਤਕੀਨ ਵਲ ਜੰਨਤ ਲਿਲ ਮੋਮਿਨੀਨ ਸਲਵਾਤ, ਅੱਲਾਹੁਮਾ ਸੱਲ ਅਸਲਾਤ ਵਸਲਾਮ ਵਾਲਾ ਸੈਯਦਿਲ ਅੰਬਿਆ ਵਲ ਮੁਰਸਲੀਨ, ਸੋਹਣੇ ਨਬੀ ਦੀ ਜ਼ਾਤ ਤੇ ਸੋਹਣੀ ਸਲਵਾਤ, ਵਵਦੀਰੇ ਵਾ ਖਲੀਫਤ ਹੀ ਵਾਰੇ ਸਿਲਮ ਹੀ ਇਲਮਿਲ ਅਵਲੇਨ ਵਲ ਆਖਰੀਨ ਅਲੇ ਵਲੇ ਦਿਸ਼ਾਂਤ ਉੱਚੀ ਸਲਵਾਤ, ਕਾਲ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਅਲ ਹੁਸੈਨਾ ਮਿਨੀ ਵਾਨਾ ਮਿਨ ਅਲ ਹੁਸੈਨ ਸਲਵਾਤ, ਸੁਣ ਅਜਬ ਜਵਾਬ
वखरे गाल पछे कर शुकर जता ना बे ना है नहीं पुत्र अले दाय दिए शाम द बाजार है माला ले अलाय सलाम द एक साहबी है अक्का तो ना बे नहीं बाजार रिटर दान दया मेरी सहन दे खुद बे दी आवाज सुनिए ना लाले सफाई द मटाई ला क्या दे अल्लाह दे नात मैं कुंडा सा अली त नहीं आ गया या अली द केड़ा पुत्र है शाम याद है सुन अजब जवाब जे मैं कर जतो ना बे ना है नहीं पुत्र अले दाय दिए शाम याद बाजार शाम चित्र पल थे दाखल उजड़े ताई खुतबे पढ़ा पढ़ के वद टुरन दरा मंग दिए रहमान रहीम मोमिनीन किराम हस्ब रवायत आपको पता होता है मेरी कोशिश होती है कि हर दफ़ा आज के इस मुकद्दस दिन में किसी न किसी अच्छे आलिम दीन को आपसे मुतारफ़ करवाया जाए। इस साल भी पूरी कोशिश रही कि कहाँ से तमाम उलमा अच्छे होते हैं, मैं किसी आलिम की ये नहीं कह सकता कि फ़लाँ कैसे है फ़लाँ कैसे, तमाम उलमा अच्छे होते हैं, लेकिन एक ख्वाहिश थी कि किसी अच्छे पढ़े लिखे आदमी को आपके सामने लेके आएं और आपकी दुआओं से जो बंदा भी 25 मुहर्रम अलहराम पे यहाँ आया है आपने उसकी ऐसी तायद की है, ऐसी तायद किया और मौला ने उसकी ज़बान में ऐसी तासीर बख्शी है कि वो एक नाम ले कर फिर रहे हैं। लिहाजा उसी कोशिश के सिलसिला में सबसे पहले तो मैं आपसे ये गुजारिश करूँगा कि उलमाए हक्का की सेहत और सलामती के लिए और दराजी उम्र के लिए एक बुलंद तर सलवात पढ़ें आप। हाँ, अब एक कोशिश आपने ये करनी है कि अजनबी को अजनबी नहीं समझना, वो हम में से ही होते हैं, वो हमारे लिए ही आते हैं, हमने ही उनको सुनना होता है, हमने ही उनको कामयाब करना होता है और कामयाबी तो मोहम्मद वाले मोहम्मद के दरबार में होती है, जिसका नाम लिखा जाता है वो इस स्टेज पे आता है। लिहाजा मैं ज़्यादा टाइम नहीं लेना चाहता, मेरे इंतहाई अजीज़ बहुत ही प्यारे ज़ियारात के सफ़र के दौरान मेरी उनसे मुलाकात होती रही, गुज़श्ता 8-9 साल से सरकार इमाम रज़ा की सरजमीन पर मशहद मुकद्दस में तालीम हासिल करते रहे हैं जाहिद हुसैन तुराबी साहब। उनके तारुफ़ में मैं सिर्फ इतना कहना चाहता हूँ कि उन्होंने अपनी पूरी ज़िंदगी 8 साल 9 साल 10 साल जो तालीम हासिल की है वो फ़कत और फ़कत उलूम मोहम्मद व आले मोहम्मद को हासिल करने के लिए की है। और हमारी खुशबख्ती ये है, हमारी खुशकिस्मती ये है कि आज उन्होंने इस मतबे अहले बैत के जो अलूम का फैज़ हासिल किया है पहली मजलिस उन्होंने आज 25 मुहर्रम अलहराम को हमारे यहाँ पढ़नी है, पहली मजलिस वो पढ़ रहे हैं, उन्होंने पहले कभी मजलिस नहीं पढ़ी। तो लिहाजा मैं आपसे गुजारिश करूँगा कि आप उनकी हौसला अफजाई करें, हमारे बड़े दूर से आए हैं, वह मुल्तान से तशरीफ़ लाए हैं, पहले मशहद में होते थे, वहाँ उन्होंने अपनी 9 साल ज़िंदगी इसी रिसर्च में गुजारी है, तालीम में गुजारी है, उनकी खुशनूदी के लिए, मोहम्मद वाले मोहम्मद की खुशनूदी के लिए, उनकी सेहत व सलामती के लिए बुलंद तर सलवात। अब मैं अपने अजीज़ को कहूँगा कि वो तशरीफ़ लाएँ और मिंबर पे आके आपसे खिताब फरमाएँ, आप उनकी हौसला अफजाई फरमाएँ, मोहम्मद वाले मोहम्मद से दुआ है कि वो उनकी ज़ुबान में तासीर पैदा करें।